ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹੋ ਗ੍ਰੀਵੈਂਸ ਸਟੋਰੀਜ਼ ਅਤੇ ਮੈਂ ਕੁਸ਼ਾਗਰ ਗੋਗਾ ਇੱਕ ਹੋਰ ਨਵਾਂ ਅਤੇ ਤਾਜ਼ਾ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਲਈ ਹਾਜ਼ਰ ਹਾਂ। ਇਹ ਸਾਈਡ ਸਕਰੀਨ 'ਤੇ ਜਿਹੜੀ ਇਹ ਤਸਵੀਰ ਤੁਹਾਨੂੰ ਸਾਰਿਆਂ ਨੂੰ ਪੇਸ਼ ਕੀਤੀ ਜਾ ਰਹੀ ਹੈ, ਇਹ ਉਹੀ ਨਿਹੰਗ ਸਿੰਘ ਹੈ, ਰਮਨਦੀਪ ਸਿੰਘ ਮੰਗੂ ਮੱਠ ਨਾਮ ਦਾ, ਜੋ ਕਿ ਹਲੇ ਪਿੱਛੇ ਜਿਹੀ ਕੰਟਰੋਵਰਸੀ ਦਾ ਸ਼ਿਕਾਰ ਹੋਇਆ ਹੈ, ਕਿਉਂਕਿ ਫਗਵਾੜਾ ਦੇ ਇੱਕ ਗੁਰੂ ਘਰ ਦੇ ਵਿੱਚ ਜਦੋਂ ਇੱਕ ਵਿਅਕਤੀ ਵੱਲੋਂ ਬੇਅਦਬੀ ਨੂੰ ਅੰਜਾਮ ਦਿੱਤਾ ਜਾਣ ਵਾਲਾ ਸੀਗਾ, ਉਸ ਤੋਂ ਪਹਿਲਾਂ ਹੀ ਇਹ ਨਿਹੰਗ ਸਿੰਘ ਨੇ ਉਸਦਾ ਕਤਲ ਕਰ ਦਿੱਤਾ, ਜਿਸ ਦੀ ਪੁਸ਼ਟੀ ਇੱਕ ਵੀਡੀਓ ਰਾਹੀਂ ਇਸ ਨੇ ਕੀਤੀ ਸੀਗੀ। ਪਰ ਜਦੋਂ ਪੁਲਿਸ ਨੇ ਇਸ ਨਿਹੰਗ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਇਸ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਇਸ ਨੂੰ ਪੁਲਿਸ ਦੀ ਹਿਰਾਸਤ ਵਿੱਚ ਦਿੱਤਾ। ਤੁਹਾਨੂੰ ਇੱਕ ਵਾਰ ਇਸ ਦੇ ਉੱਤੇ ਚਾਨਣਾ ਪਾ ਦਈਏ ਕਿ ਇਹ ਆਮ ਤੌਰ 'ਤੇ ਹੀ ਕੰਟਰੋਵਰਸੀ ਦਾ ਸ਼ਿਕਾਰ ਰਹਿੰਦਾ ਹੈ। ਹਾਲਾਂਕਿ ADGP ਗੁਰਿੰਦਰ ਗਿੱਲ ਵੱਲੋਂ ਜਦੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਕਿ ਇਹ ਵਿਅਕਤੀ ਖੁਦ ਨਸ਼ੇ ਦਾ ਆਦੀ ਹੈ, ਜੋ ਕਿ ਇੱਕ ਫਿਜ਼ੀਕਲ ਜਦੋਂ ਟੈਸਟ ਹੁੰਦਾ ਪੁਲਿਸ ਦੀ ਹਿਰਾਸਤ ਦੇ ਵਿੱਚ, ਉਸ ਦੇ ਵਿੱਚ ਸਾਫ਼ ਤੌਰ 'ਤੇ ਦੱਸਿਆ ਗਿਆ ਹੈ। ਇੱਕ ਕਈ ਆਰਟੀਕਲਸ ਥਰੂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਸਕਰੀਨ 'ਤੇ ਤੁਹਾਨੂੰ ਪਲੇ ਹੋ ਰਿਹਾ ਹੈ, ਕਿ ਇਸ ਦੇ ਉੱਤੇ ਲੁਧਿਆਣਾ ਦੇ ਕਈ ਪੁਲਿਸ ਥਾਣਿਆਂ ਦੇ ਵਿੱਚ ਤਕਰੀਬਨ 9 ਤੋਂ ਵੱਧ FIR ਦਰਜ ਨੇ। ਇਹ ਉਹੀ ਇੱਕ ਸ਼ਰਾਰਤੀ ਅਨਸਰ ਹੈਗਾ ਜਿਹੜਾ ਆਮ ਤੌਰ 'ਤੇ ਹੀ ਕੰਟਰੋਵਰਸੀ ਦਾ ਸ਼ਿਕਾਰ ਰਹਿੰਦਾ ਹੈ, ਜੋ ਕਿ ਆਮ ਤੌਰ 'ਤੇ ਹੀ ਹਰੇਕ ਲੋਕਾਂ ਨਾਲ ਪੰਗੇ ਲੈਂਦਾ ਹੈ, ਗੁੰਡਾ ਅਨਸਰ ਹੈਗਾ। ਕਿਉਂਕਿ ਇਹਦੀ ਪਿਛਲੇ ਸਾਲ ਦੇ ਵਿੱਚ ਹੀ ਤੁਹਾਨੂੰ ਇੰਨੀ ਕੰਟਰੋਵਰਸੀਆਂ ਮੈਂ ਇਸ ਵਾਰ ਗਿਣਾ ਦੇਵਾਂਗਾ ਕਿ ਸ਼ਾਇਦ ਤੁਸੀਂ ਵੀ ਕਹੋਗੇ ਇਹ ਨਿਹੰਗਾਂ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਹੈ। ਹਾਲੇ ਕੁਛ ਹੀ ਦਿਨ ਪਹਿਲਾਂ ਹੀ ਕੁੱਲੜ ਪੀਜ਼ਾ ਦੀ ਇੱਕ ਰੀਲ ਵਾਇਰਲ ਹੋਣ 'ਤੇ ਇਹ ਵਿਅਕਤੀ ਉੱਥੇ ਪੈਸੇ ਮੰਗਣ ਲਈ ਪਹੁੰਚ ਗਿਆ ਸੀਗਾ, ਜਿਸਦੀ ਖਬਰ ਜਾਂ ਅਪਡੇਟ ਤੁਹਾਨੂੰ ਚੈਨਲ ਦੇ ਉੱਤੇ ਮਿਲ ਜਾਏਗਾ ਅਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਮਿਲ ਜਾਏਗਾ। ਹੁਣ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਕੁਛ ਦੇਰ ਪਹਿਲਾਂ ਵਿੱਕੀ ਥੋਮਸ ਨਾਮ ਦਾ ਇੱਕ ਜਿਹੜਾ ਹੋਰ ਨਿਹੰਗ ਸਿੰਘ ਹੈ, ਉਸ ਦੇ ਨਾਲ ਇਹਨਾਂ ਦੀ ਰਲੀ ਮਿਲੀ ਭੁਗਤ ਦੇ ਵਿੱਚ ਜਦੋਂ ਇਹ ਕੰਮ ਕਰਦੇ ਸੀਗੇ, ਉਸ ਤੋਂ ਬਾਅਦ ਜਦੋਂ ਇਹਨਾਂ ਦੀ ਆਪਸੀ ਤਕਰਾਰ ਹੋਇਆ, ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਲਾਈਵ ਹੋ ਕੇ ਕੰਟਰੋਵਰਸੀ ਵੀ ਕਰਦੇ ਰਹੇ ਅਤੇ ਆਮ ਤੌਰ 'ਤੇ ਹੀ ਬੜੇ ਹੀ ਮਸ਼ਹੂਰ ਅਤੇ ਫੇਮ ਵੀ ਇਹਨਾਂ ਨੇ ਗੇਨ ਕੀਤੀ। ਉਸ ਤੋਂ ਪਹਿਲਾਂ ਇਸ ਰਮਨਦੀਪ ਸਿੰਘ ਮੰਗੂ ਮੱਠ ਸ਼ਰਾਰਤੀ ਅਨਸਰ ਨੇ ਇੱਕ ਵਾਰ ਗੁਰੂ ਘਰ ਦੇ ਵਿੱਚ ਹੀ ਦੂਜੇ ਨਿਹੰਗ ਸਿੰਘ ਦਾ ਗੁੱਟ ਵੀ ਵੱਢ ਦਿੱਤਾ ਸੀਗਾ। ਆਮ ਤੌਰ 'ਤੇ ਹੀ ਕਈ ਵਾਰ ਇਹਨੂੰ ਪੁਲਿਸ ਚੱਕਣ ਜਾਂਦੀ ਹੈ ਤਾਂ ਇਹ ਲਾਈਵ ਹੋ ਕੇ ਦਿਖਾਉਣ ਲੱਗ ਜਾਂਦਾ ਹੈ ਕਿ ਮੈਨੂੰ ਪੁਲਿਸ ਚੱਕਣ ਆਈ ਹੈ ਫਲਾਣਾ ਟਿਮਕਾਣਾ, ਕਿਉਂਕਿ ਇਹ ਨਿਹੰਗਾਂ ਦੇ ਬਾਣੇ ਨੂੰ ਆਮ ਤੌਰ 'ਤੇ ਹੀ ਬਦਨਾਮ ਕਰ ਰਿਹਾ ਹੈ। ਇਸ ਕਾਰਨ ਕਈ ਮੇਰੇ ਵੀਰ ਹੁਣ ਕਮੈਂਟਸ ਰਾਹੀਂ ਕੁਛ ਆਪਣੀ ਪੇਸ਼ਕਸ਼ ਵੀ ਕਰਨਗੇ, ਉਹ ਕਮੈਂਟਸ ਬਾਕਸ ਉਹਨਾਂ ਲਈ ਖੁੱਲ੍ਹੇ ਨੇ। ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਕੁਛ ਦੇਰ ਪਹਿਲਾਂ ਹੀ ਇਹ ਇੱਕ ਏਜੰਟ ਦੇ ਘਰੇ ਵੀ, ਇਮੀਗ੍ਰੇਸ਼ਨ ਏਜੰਟ ਦੇ ਘਰੇ ਵੀ ਪਹੁੰਚ ਗਿਆ ਸੀਗਾ। ਉੱਥੇ ਵੀ ਇਹਨੇ ਬੜਾ ਲਾਈਵ ਹੋ ਕੇ ਕੰਟਰੋਵਰਸੀ ਕੀਤੀ ਸੀਗੀ ਉਸ ਦੇ ਨਾਲ। ਉਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਕਈ ਆਗੂਆਂ ਨਾਲ ਵੀ ਇਸ ਦੀ ਤਕਰਾਰ ਹੋਇਆ ਸੀਗਾ, ਜਿਸ ਦੇ ਵਿੱਚ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਇਸ ਦਾ ਖੁਲਾਸਾ ਕੀਤਾ ਗਿਆ ਸੀਗਾ, ਪੁਸ਼ਟੀ ਕੀਤੀ ਗਈ ਸੀ ਕਿ ਇਹ ਖੁਦ ਨਸ਼ੇ ਦਾ ਆਦੀ ਹੈ, ਅਤੇ ਇਸ ਦੇ ਉੱਤੇ ਕਈ ਵੱਖ ਵੱਖ ਥਾਣਿਆਂ ਦੇ ਵਿੱਚ ਚਿੱਟੇ ਦੇ ਮਾਮਲੇ ਵੀ ਦਰਜ ਨੇ। ਸੋ ਕੀ ਰਾਏ ਹੈ ਤੁਹਾਡੀ, ਇੱਕ ਵਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਦਈਓ, ਕਿਉਂਕਿ ADGP ਗੁਰਿੰਦਰ ਗਿੱਲ ਨੇ ਸਾਫ਼ ਤੌਰ 'ਤੇ ਦੱਸਿਆ ਕਿ ਇਹ ਖੁਦ ਨਸ਼ੇ ਦਾ ਆਦੀ ਹੈਗਾ, ਅਤੇ ਇਹ ਜਿਹੜਾ ਕਤਲ ਕੀਤਾ ਗਿਆ ਇਹ ਸਾਫ਼ ਤੌਰ 'ਤੇ ਨਜਾਇਜ਼ ਸੀਗਾ, ਕੋਈ ਵੀ ਬੇਅਦਬੀ ਨਹੀਂ ਹੋਣੀ ਸੀ। ਸੋ ਕਮੈਂਟਸ ਬਾਕਸ ਤੁਹਾਡੇ ਲਈ ਖੁੱਲ੍ਹੇ ਨੇ, ਦੇਖਦੇ ਰਹੋ ਗ੍ਰੀਵੈਂਸ ਸਟੋਰੀਜ਼ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਆਪਣੇ ਅੱਗੇ ਤੋਂ ਅੱਗੇ ਦੋਸਤਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਦਿਓ।